ਸਵਾਗਤ ਸਵਾਗਤ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਅਤੇ ਗੀਤ ਵਿੱਚ। ਗੱਲਾਂ ਅਤੇ ਗੀਤ ਉਹ ਪ੍ਰੋਗਰਾਮ ਜਿਹਦੇ 'ਚ ਅਸੀਂ ਇੱਕ ਢੁੱਕਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਜੁੜਦੇ ਹਾਂ ਔਰ ਤਵੱਕੋ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਨਾਲ ਇਸ ਵਿਸ਼ੇ ਦੇ ਬਾਰੇ ਗੱਲ ਕਰੋ। ਸੋ ਨਹੀਂ ਤਾਂ ਹੁਣ ਵਿਹਲਾ ਹੋ ਗਿਆ ਕਿ ਅਸੀਂ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਵੀ ਦੱਸਦੀ। ਬਿਲਕੁਲ ਜੀ, ਵਿਸ਼ਾ ਵੀ ਦੱਸ ਦਿੰਦੇ ਹਾਂ ਔਰ ਗੁਰਵਿੰਦਰ ਇੱਕ ਚੀਜ਼ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਦੁਆਰਾ, ਤੁਸੀਂ ਜਾਣਦੇ ਹੋ ਸਾਡੇ ਮਾਣਯੋਗ ਕੁਮਾਰ ਮੋਦੀ ਜੀ ਦੁਆਰਾ ਬਹੁਤ ਸਾਰੀਆਂ ਇਹੋ ਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਜਿਹਦੇ ਨਾਲ ਜਿਹੜੇ ਤਾਂ ਸਵੈ ਰੋਜ਼ਗਾਰ ਆ ਉਸਨੂੰ ਹੋਰ ਜ਼ਿਆਦਾ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਜੀ ਜੀ, ਅਤੇ ਉਹਦੇ ਨਾਲ ਨਾਲ ਜਿਹੜੇ ਕੁਛ ਨਹੀਂ ਕਰਦੇ ਜਾਂ ਕਹੋ ਘੱਟ ਪੜ੍ਹੇ ਲਿਖੇ ਹੈ ਜਾਂ ਜਿਹਨਾਂ ਕੋਲ ਸਿੱਖਿਆ ਦੀ ਘਾਟ ਹੈ, ਹੈ ਨਾ, ਉਹ ਲੋਕ ਉਹਨਾਂ ਰੋਜ਼ਗਾਰ ਨੂੰ ਚੁਣ ਕੇ ਔਰ ਆਪਣਾ ਜਿਹੜਾ ਜੀਵਨ ਹੈ ਹੋਰ ਜ਼ਿਆਦਾ ਸੁਖਾਲਾ ਬਣਾ ਸਕਦੇ ਨੇ। ਬਿਲਕੁਲ, ਔਰ ਇਸੇ ਤਹਿਤ ਸਾਡਾ ਅੱਜ ਦਾ ਵਿਸ਼ਾ ਜਿਹੜਾ ਹੈ ਉਹ ਵੀ ਬੜਾ ਢੁੱਕਵਾਂ ਹੈ ਔਰ ਅਸੀਂ ਹੁਣ ਤੁਹਾਡੇ ਨਾਲ ਉਹ ਵਿਸ਼ਾ ਸਾਂਝਾ ਕਰ ਰਹੇ ਹਾਂ ਤਾਂ ਕਿ ਤੁਸੀਂ ਵੀ ਸਾਨੂੰ ਇਸ ਵਿਸ਼ੇ ਦੇ ਬਾਰੇ ਤੁਹਾਡੇ ਮਨ 'ਚ ਕੋਈ ਸਵਾਲ ਹੈ ਤਾਂ ਕਰ ਸਕੋ। ਸਾਡਾ ਵਿਸ਼ਾ ਹੈ ਜੀ ਹੁਨਰ ਦਾ ਵਿਕਾਸ ਅਤੇ ਸਵੈ ਰੋਜ਼ਗਾਰ, ਯਾਨੀ ਸਕਿੱਲ ਡਿਵੈਲਪਮੈਂਟ ਐਂਡ ਸੈਲਫ ਇੰਪਲੋਇਮੈਂਟ 'ਤੇ ਸਾਡੇ ਫੋਨ ਨੰਬਰ ਉਹੀ ਨੇ ਜੀ 0118-281-4164 ਅਤੇ 0118-281-4164। ਇਹਨਾਂ ਦੋਵਾਂ ਵਿੱਚੋਂ ਕਿਸੇ ਵੀ ਨੰਬਰ ਨੂੰ ਮਿਲਾ ਕੇ ਅੱਜ ਹੁਣੇ ਇਸੇ ਵੇਲੇ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣ ਸਕਦੇ ਹੋ ਜੀ। ਔਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਮਾਹਿਰ ਮਹਿਮਾਨ ਜਿਹੜੇ ਨੇ ਉਹਨੇ ਜੀ ਜਗਦੀਸ਼ ਕੁਮਾਰ ਡਾਲੀਆ ਜੀ, ਡਾਇਰੈਕਟਰ ਪੇਂਡੂ ਵਿਕਾਸ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਜਲੰਧਰ, ਯਾਨੀ ਕਿ ਰੂਟ ਸੈਟ, ਇਹ ਸਪੈਸ਼ਲ ਤੌਰ 'ਤੇ ਅੱਜ ਸਾਡੇ ਕੋਲ ਆਏ ਨੇ। ਔਰ ਸਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਟੂਡੀਓ 'ਚ ਤੁਹਾਡਾ। ਥੈਂਕ ਯੂ ਮੈਮ, ਔਰ ਮੈਂ ਬੜਾ ਖੁਸ਼ਕਿਸਮਤ ਸਮਝਦਾ ਕਿ ਜਿਹੜੀ ਪੰਜਾਬੀ ਦੇ ਉਹ ਦਰਸ਼ਕ ਜਿਹੜੇ ਅੱਜ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਦੇਸ਼ ਵਿਦੇਸ਼ ਦੇ ਵਿੱਚ, ਬਹੁਤ ਵਧੀਆ ਵਿਸ਼ੇ ਦੇ ਟੋਪਿਕ 'ਤੇ ਗੱਲ ਹੋਏਗੀ ਔਰ ਉਹਦਾ ਲਾਭ ਵੀ ਪ੍ਰਾਪਤ ਕਰਨਗੇ। ਅੱਜ ਦਾ ਜਿਵੇਂ ਸਾਡਾ ਵਿਸ਼ਾ ਹੈ ਕਿ ਹੁਨਰ ਦਾ ਵਿਕਾਸ ਅਤੇ ਸਵੈ ਰੋਜ਼ਗਾਰ, ਅਸੀਂ ਪਹਿਲੇ ਤਾਂ ਗੱਲ ਆਉਂਦੇ ਪਏ ਸਾਡੇ ਨੌਜਵਾਨ ਜਿਹੜੇ ਨੇ ਜਾਂ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਹੁਨਰ ਨੂੰ ਅਸੀਂ ਪਛਾਣੀਏ ਕਿਵੇਂ ਤਾਂ ਕਿ ਉਹਨਾਂ ਦਾ ਵਿਕਾਸ ਹੋ ਸਕੇ ਅਤੇ ਉਹ ਸਵੈ ਰੋਜ਼ਗਾਰ ਵਾਲੇ ਪਾਸੇ ਵੱਧ ਸਕਣ। ਬਹੁਤ ਵਧੀਆ ਗੁਰਵਿੰਦਰ ਜੀ, ਤੁਸੀਂ ਸਵਾਲ ਪੁੱਛਿਆ ਸਕਿੱਲ ਡਿਵੈਲਪਮੈਂਟ ਜਾਂ ਹੁਨਰ ਦਾ ਵਿਕਾਸ, ਇਹ ਇੱਕ ਉਹ ਅਦਾਰਾ ਸਮਝ ਲਿਆ ਜਾਂ ਉਹ ਇੱਕ ਜ਼ਰੀਆ ਸਮਝ ਲੈਂਦੇ ਆ ਜਿਹਦੇ ਨਾਲ ਤੁਸੀਂ ਆਪਣੀ ਲਾਈਫ ਨੂੰ ਇੱਕ ਨਵੀਂ ਸੇਧ ਦੇ ਸਕਦੇ ਹੋ। ਅਲੱਗ ਅਲੱਗ ਤਰ੍ਹਾਂ ਦੇ ਅਲੱਗ ਅਲੱਗ ਸਿਸਟਮ ਦੇ ਵਿੱਚ ਅਸੀਂ ਸਾਰੇ ਨਿਕਲ ਰਹੇ ਹਾਂ ਔਰ ਮੈਨੂੰ ਲੱਗਦਾ ਕਿ ਸਾਡਾ ਖਾਸ ਕਰਕੇ ਜਿਹੜਾ ਨੌਜਵਾਨ ਵਰਗ ਹੈ ਉਹਨਾਂ ਨੂੰ ਰਾਹ ਹੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਲਾਈਫ 'ਚ ਕਰਨਾ ਕੀ ਹੈ ਅਤੇ ਕਿਸ ਪਾਸੇ ਜਾਣਾ ਹੈ। ਪੜ੍ਹ ਲੈਂਦੇ ਨੇ ਕਿਉਂਕਿ ਸਹੇਲੀ ਪੜ੍ਹ ਰਹੀ ਸੀ ਜਾਂ ਦੋਸਤ ਪੜ੍ਹ ਰਿਹਾ ਸੀ, ਪਰ ਮੈਂ ਕੀ ਕਰਨਾ ਚਾਹੁੰਦਾ ਉਹ ਨਹੀਂ ਪਤਾ ਲੱਗਦਾ। ਪਰ ਮੈਂ ਉਹ ਇਹੀ ਗੱਲ ਦੱਸਣ ਚਾਹਾਂਗਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਮੇਨ ਫੋਕਸ ਆਪਾਂ ਉੱਤੇ ਕਰਾਂਗੇ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤੁਹਾਡੇ ਵਿੱਚ ਕੀ ਕੁਆਲਿਟੀਜ਼ ਨੇ, ਕੀ ਉਹ ਖੂਬੀਆਂ ਨੇ ਜਿਹਦੇ ਨਾਲ ਲੱਗਦਾ ਕਿ ਇਸ ਫੀਲਡ ਦੇ ਵਿੱਚ ਜਾ ਕੇ ਮੈਂ ਆਪਣੇ ਲਾਈਫ ਨੂੰ ਇੱਕ ਨਵੀਂ ਸਿਹਤ ਅਤੇ ਆਪਣੀ ਫੈਮਿਲੀ ਨੂੰ ਇੱਕ ਨਵੀਂ ਸਿਹਤ ਦੇ ਸਕਦਾ। ਵਿਕਾਸ ਜਿਹੜਾ ਹੁਣ ਸਕਿੱਲ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਅਲੱਗ ਅਲੱਗ ਤਰ੍ਹਾਂ ਦੇ ਕਈ ਕੋਰਸਿਸ ਨੇ ਜਿਹਨਾਂ ਨੂੰ ਤੁਸੀਂ ਆਪਣੇ ਲਾਈਫ ਦੇ ਵਿੱਚ ਅਪਣਾ ਕੇ ਆਪਣਾ ਇੱਕ ਨਵੀਂ ਸਿਹਤ ਦੇ ਸਕਦੇ ਹੋ ਲਾਈਫ ਨੂੰ, ਔਰ ਇੱਕ ਆਪਣੇ ਜਿਸ ਤਰ੍ਹਾਂ ਕਹਿੰਦੇ ਕਿ ਸਵੈ ਰੋਜ਼ਗਾਰ, ਔਰ ਸਵੈ ਰੋਜ਼ਗਾਰ ਸਭ ਤੋਂ ਵੱਡਾ ਅਹਿਮ ਪਾਰਟ ਆ ਅੱਜ ਕੱਲ੍ਹ ਦੇ ਇੱਕ ਯੁੱਗ ਦੇ ਵਿੱਚ, ਉਹ ਸਾਡੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਵੀ ਬੜੇ ਫੋਕਸ ਕਰ ਰਹੇ ਨੇ ਕਿਉਂਕਿ ਅਲੱਗ ਅਲੱਗ ਯੋਜਨਾਵਾਂ ਉਹਨਾਂ ਨੇ ਚਲਾਈਆਂ ਨੇ ਜੀ, ਔਰ ਨਾਲ ਨਾਲ ਬੈਂਕ ਤੋਂ ਫਾਈਨਾਂਸ ਦੀਆਂ ਕੁਝ ਸਕੀਮਸ ਵੀ ਇਸ ਤਰ੍ਹਾਂ ਚਲਾਈਆਂ ਨੇ ਕਿ ਤੁਸੀਂ ਉੱਥੋਂ ਮਦਦ ਲੈ ਕੇ ਅਤੇ ਲਾਈਫ ਨੂੰ ਕੁਛ ਨਾ ਕੁਛ ਕਰ ਸਕਦੇ ਹੋ। ਕੋਈ ਇਹ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਮੈਨੂੰ ਕੋਈ ਟ੍ਰੇਨਿੰਗ ਨਹੀਂ ਵਧੀਆ ਮਿਲ ਗਈ ਜਾਂ ਮੈਨੂੰ ਬੈਂਕ ਨੇ ਫਾਈਨਾਂਸ ਨਹੀਂ ਕੀਤਾ, ਉਹ ਸਾਰੀਆਂ ਯੋਜਨਾਵਾਂ ਹੀ ਸਾਡੇ ਕੋਲ ਹੈ ਨੇ, ਪਰ ਤੁਸੀਂ ਕਿਸ ਤਰ੍ਹਾਂ ਕਰਨਾ ਇਹੋ ਹੀ ਸਾਰਾ ਮੇਨ ਮਕਸਦ ਹੈ ਸਾਡਾ, ਔਰ ਇਹੀ ਸਾਡਾ ਮੇਨ ਟੋਪਿਕ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਔਰ ਕਿਉਂ ਕੀ ਲੱਗਦਾ ਤੁਹਾਨੂੰ ਕੀ ਇਹ ਮੈਂ ਕੰਮ ਕਰਕੇ ਇਹ ਮੇਰੇ ਏਰੀਏ ਵਿੱਚ ਇਹ ਜਿਹੜਾ ਕੰਮ ਮੈਂ ਸਿੱਖਾਂਗਾ ਇਹ ਮੇਰੇ ਏਰੀਏ ਵਿੱਚ ਫਾਇਦੇਮੰਦ ਆ ਕਿਉਂਕਿ ਇਸ ਨਾਲ ਦੀ ਕੋਈ ਹੋਰ ਵੀ ਸ਼ੋਪ ਜਾਂ ਹੋਰ ਬਿਜ਼ਨਸ ਉੱਥੇ ਨਹੀਂ ਚੱਲ ਰਹੇ ਜੀ। ਬਿਲਕੁਲ ਡਾਲੀਆ ਜੀ, ਅਸੀਂ ਜਦੋਂ ਸਿੱਖਿਆ ਦੀ ਗੱਲ ਕਰਦੇ ਹਾਂ, ਸਿੱਖਿਆ ਦੇ ਖੇਤਰ ਦੇ ਵਿੱਚ ਅੱਜ ਕੱਲ੍ਹ ਦੀ ਪੜ੍ਹਾਈ ਜਿਹੜੀ ਇੱਕ ਤਾਂ ਮਹਿੰਗੀ ਬਹੁਤ ਹੋ ਚੁੱਕੀ ਹੈ, ਦੂਸਰੀ ਗੱਲ ਇਹ ਹੈ ਕਿ ਜਿਹੜੀ ਸਿੱਖਿਆ ਵਾ ਉਹ ਕਈ ਤਰ੍ਹਾਂ ਦੇ ਰੂਟ ਜਿਹਨਾਂ ਨੂੰ ਅਸੀਂ ਕਹਿ ਸਕਦੇ ਜੜ੍ਹਾਂ ਫੈਲ ਚੁੱਕੀਆਂ ਨੇ ਸਿੱਖਿਆ ਦੇ ਵਿੱਚ, ਅਲੱਗ ਅਲੱਗ ਇੱਕ ਸਬਜੈਕਟ ਨੂੰ ਪੜ੍ਹਨਾ ਹੋਵੇ ਤਾਂ ਕਈ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ, ਅਤੇ ਜੇ ਅਸੀਂ ਗੱਲ ਕਰੀਏ ਆਪਣੇ ਸਵੈ ਰੋਜ਼ਗਾਰ ਦੀ, ਇਸ ਦੇ ਵਿਕਾਸ ਦੇ ਵਾਸਤੇ ਅੱਜ ਕੀ ਚੱਲ ਰਿਹਾ ਵਾ, ਨਵੀਆਂ ਯੋਜਨਾਵਾਂ ਕਿਹੜੀਆਂ ਕਿਹੜੀਆਂ ਨੇ? ਦੇਖੋ ਜੀ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਦੀਨ ਦਿਆਲ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ ਅਤੇ ਰੂਟ ਸੈਟ, ਜਿਹਦਾ ਮੈਂ ਡਾਇਰੈਕਟਰ ਹਾਂ, ਇਹ ਸਾਰੇ ਉਹ ਅਦਾਰੇ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ ਕਿ ਉਹ ਬੱਚਿਆਂ ਨੂੰ ਜਿਨ੍ਹਾਂ ਨੂੰ ਕੋਈ ਰਾਹ ਨਹੀਂ ਮਿਲੀ ਲਾਈਫ ਦੇ ਵਿੱਚ ਜਾਂ ਕੋਈ ਕਿਸੇ ਨੇ ਸੇਧ ਨਹੀਂ ਦਿੱਤੀ ਕਿ ਅਸੀਂ ਲਾਈਫ 'ਚ ਕੀ ਕਰਨਾ, ਉਹਨਾਂ ਦੀ ਐਜੂਕੇਸ਼ਨ ਕੋਈ ਮਾਇਨੇ ਨਹੀਂ ਰੱਖਦੀ ਕਿ ਉਹ 8ਵੀਂ ਪਾਸ ਸੀ, 10ਵੀਂ ਬਾਰ ਪਾਸ ਸੀ, 12ਵੀਂ ਜਾਂ ਡਰੋਪ ਆਊਟ ਹੋ ਗਿਆ, ਲੇਕਿਨ ਉਹਨਾਂ ਨੂੰ ਉਹ ਮੌਕਾ ਮਿਲ ਰਿਹਾ ਖਾਸ ਕਰਕੇ ਕਿ ਤੁਸੀਂ ਕੁਛ ਕਰਨਾ ਚਾਹੁੰਦੇ ਹੋ ਤਾਂ ਭਾਈ ਆਓ ਸਾਡੇ ਕੋਲ ਅਤੇ ਕੁਛ ਕਰ ਲਓ, ਔਰ ਇਹ ਸਾਰੀਆਂ ਹੀ ਟ੍ਰੇਨਿੰਗ ਜਿਹੜੀਆਂ ਨੇ ਆਪਣੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਜੀ ਦੀ ਅਗਵਾਈ ਦੇ ਹੇਠ ਚੱਲ ਰਹੀਆਂ ਨੇ ਔਰ ਬੜੀਆਂ ਲਾਮਬੰਦ ਟ੍ਰੇਨਿੰਗ ਨੇ, ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਬੱਚਿਆਂ ਨਾਲ ਟ੍ਰੇਨਿੰਗ ਤੋਂ ਫਾਇਦਾ ਵੀ ਉਠਾ ਰਹੇ ਨੇ, ਔਰ ਜ਼ਿਆਦਾਤਰ ਟ੍ਰੇਨਿੰਗ ਜਿਹੜੀਆਂ ਮੈਂ ਕਹਾਂਗਾ ਕਿ ਟੋਟਲੀ ਫ੍ਰੀ ਨੇ, ਕੋਈ ਪੈਸਾ ਨਹੀਂ ਲੱਗਦਾ ਕਿਸੇ ਬੱਚੇ ਦਾ, ਤੁਸੀਂ ਸਿਰਫ ਆਉਣਾ ਹੈ, ਸਿੱਖਣਾ ਹੈ ਔਰ ਜਾ ਕੇ
ਪਰ ਸਿਲੈਕਟ ਉਹੀ ਸਬਜੈਕਟ ਕਰੀਓ, ਉਹੀ ਸਟ੍ਰੀਮ ਕਰੀਓ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ, ਔਰ ਤੁਹਾਨੂੰ ਲੱਗਦਾ ਕਿ ਅਗਰ ਇਹ ਮੈਂ ਚੁਣਾਂਗਾ ਤਾਂ ਮੇਰੀ ਲਾਈਫ ਨੂੰ ਇੱਕ ਨਵੀਂ ਰਾਹ ਮਿਲੂਗੀ। ਇਹ ਨਹੀਂ ਕਿ ਮੇਰਾ ਯਾਰ ਦੋਸਤ ਕੀ ਕਰ ਰਿਹਾ, ਮੇਰੀ ਸਹੇਲੀ ਕੀ ਕਰ ਰਹੀ ਹੈ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਫੋਕਸ ਉੱਤੇ ਹੀ ਹੋਣਾ ਚਾਹੀਦਾ। ਮੈਂ ਉਸੇ ਪਾਸੇ ਨੂੰ ਤੁਹਾਡਾ ਆ ਰਿਹਾ ਸੀਗਾ, ਮੈਨੂੰ ਅਮਿਤਾਬ ਬੱਚਨ ਦਾ ਪੁਰਾਣਾ ਗਾਣਾ ਯਾਦ ਆ ਰਿਹਾ ਵੀ ਬਜ਼ੁਰਗੋਂ ਨੇ ਕਿਹਾ ਕਿ ਆਪਣੇ ਪੈਰੋਂ ਪੇ ਖੜੇ ਹੋ ਕੇ ਦਿਖਲਾਓ ਤੋ ਲੋ ਹਮ ਖੜੇ ਹੋ ਗਏ, ਹੈ ਨਾ। ਬਿਲਕੁਲ, ਤੋ ਆਪਣੇ ਪੈਰਾਂ ਦੇ ਉੱਤੇ ਖੜੇ ਹੋਣਾ ਬਹੁਤ ਜ਼ਰੂਰੀ ਹੈ, ਨਾ ਕਿ ਦੂਜੇ ਦੇ ਪੈਰਾਂ ਦੇ ਉੱਤੇ ਤੁਸੀਂ ਖੜੇ ਹੋਣਾ। ਉਹਦੇ 'ਚ ਜਦੋਂ ਅਸੀਂ ਕਿਸੇ ਬੱਚੇ ਦੇ ਹੁਨਰ ਦੀ ਗੱਲ ਕਰਦੇ ਹਾਂ ਤਾਂ ਤੁਹਾਡੇ ਡਿਪਾਰਟਮੈਂਟ ਵੱਲੋਂ, ਤੁਹਾਡੇ ਇੰਸਟੀਚਿਊਟ ਵੱਲੋਂ ਕਿੱਦਾਂ ਪਛਾਣਿਆ ਜਾਂਦਾ ਕਿ ਇਹਦੇ ਵਿੱਚ ਆਹ ਹੁਨਰ ਹੈ ਅਤੇ ਇਹਨੂੰ ਇਸ ਪਾਸੇ ਨੂੰ ਜਾਣਾ ਚਾਹੀਦਾ? ਬਹੁਤ ਅੱਛਾ ਸਵਾਲ ਕੀਤਾ ਗੁਰਵਿੰਦਰ ਜੀ ਤੁਸੀਂ। ਜਿੱਦਾਂ ਸਾਡਾ ਇੰਸਟੀਚਿਊਟ ਰੂਟਸਾਈਡ ਇੰਸਟੀਚਿਊਟ ਹੈ ਜਿਹੜਾ SDME ਟ੍ਰਸਟ, ਸਿੰਡੀਕੇਟ ਬੈਂਕ ਔਰ ਕੈਨਰਾ ਬੈਂਕ ਦਾ ਸਪੋਂਸਰਡ ਹੈ। ਅੱਛਾ, ਟੋਟਲੀ ਹੀ ਫ੍ਰੀ ਕੋਰਸਿਸ ਸਾਰੇ ਅਸੀਂ ਕਰਵਾਉਂਦੇ ਹਾਂ। ਜਦੋਂ ਸਾਡੇ ਕੋਲ ਬੱਚਾ ਆਉਂਦਾ ਸੀ ਇੱਕ ਛੋਟਾ ਜਿਹਾ, ਨਾ ਉਹਦਾ ਇੰਟਰਵਿਊ ਟੈਸਟ ਰੱਖਿਆ ਹੁੰਦਾ ਹੈ। ਇਹ ਰਿਟਨ ਟੈਸਟ? ਰਿਟਨ ਟੈਸਟ। ਅੱਛਾ, ਉਹਦੇ ਵਿੱਚ ਰੱਖਿਆ ਹੁੰਦਾ ਤਾਂ ਕਿ ਕੁਝ ਬੱਚੇ ਆ ਰਹੇ ਨੇ, ਕੁਝ ਦੇਖਾ ਦੇਖੀ ਆ ਰਹੇ ਨੇ, ਕੁਝ ਯਾਰੀ ਦੋਸਤੀ ਨਿਭਾਉਣ ਆ ਰਹੇ ਨੇ, ਹੈਨਾ। ਬਿਲਕੁਲ। ਔਰ ਜਦੋਂ ਲੱਗਦਾ ਕਿ ਉਹ ਆ ਰਹੇ ਨੇ, ਆਪਾਂ ਇੱਕ 10 ਕੁਐਸਚਨ ਜਾਂ 12 ਕੁਐਸਚਨ ਉਹਨਾਂ ਨੂੰ ਪਾਉਂਦੇ ਹਾਂ ਕਿ ਤੁਸੀਂ ਇਹ ਕਰੋ, ਅਗਰ ਤਾਂ ਉਹ ਬੱਚੇ ਦਾ ਇੰਟਰਸਟ ਹੋਏਗਾ ਉਹਨੂੰ ਡੈਫੀਨੇਟਲੀ ਪਤਾ ਹੋਏਗਾ ਕਿ ਇਹਦੇ ਜਵਾਬ ਕੀ, ਜਵਾਬ ਕੀ। ਅਗਰ ਉਹ ਵੈਸੇ ਹੀ ਦੋਸਤੀ ਨਿਭਾਉਣ ਆ ਰਿਹਾ ਜਾਂ ਟਾਈਮ ਪਾਸ ਕਰਨ ਆ ਰਿਹਾ ਤਾਂ ਉਹਨੂੰ ਪਤਾ ਲੱਗ ਜਾਏਗਾ, ਫਿਰ ਆਪਾਂ ਉਹਨੂੰ ਨਹੀਂ ਚੁਣਦੇ, ਫਿਰ ਆਪਾਂ ਉਹਨਾਂ ਨੂੰ ਸਿਲੈਕਟ ਕਰਦੇ ਹਾਂ ਸਾਈਡ 'ਤੇ ਕਿਉਂਕਿ ਤੂੰ ਇਹ ਜਿਹੜੇ ਕੁਐਸਚਨ ਕੀਤੇ ਸੀ ਇਹ ਤੂੰ ਨਹੀਂ ਕਰ ਪਾਇਆ, ਇਹਦਾ ਮਤਲਬ ਤੇਰਾ ਇਹ 'ਚ ਇੰਟਰਸਟ ਨਹੀਂ ਹੈ। ਅਗਰ ਤੇਰਾ ਇੰਟਰਸਟ ਹੁੰਦਾ ਤਾਂ ਤੂੰ ਬਿਲਕੁਲ ਤਿਆਰ ਹੋ ਕੇ ਆਉਂਦਾ ਸਾਰਾ ਕੁਝ ਕਰਕੇ ਆਉਂਦਾ। ਅੱਛਾ, ਫਿਰ ਤੂੰ ਕੀ ਕਰਨਾ ਚਾਹੁੰਦਾ ਕਾਕੇ ਜਾਂ ਬੇਟੇ, ਤੂੰ ਕੀ ਕਰਨਾ ਚਾਹੁੰਦਾ, ਤੂੰ ਮੈਨੂੰ ਦੱਸ ਤਾਂ ਕਿ ਆਪਾਂ ਤੈਨੂੰ ਉਸ ਪਾਸੇ ਲੈ ਕੇ ਜਾਈਏ। ਔਰ ਉਹ ਫਿਰ ਉਹ ਦੱਸਦਾ ਹੈ, ਸਰ ਇਹ ਤਾਂ ਮੇਰਾ ਦੋਸਤ ਸੀਗਾ ਜਾਂ ਮੇਰੀ ਸਹੇਲੀ ਸੀ, ਮੈਂ ਉਹਦੇ ਕਰਨ ਆਇਆ ਸੀ ਅਤੇ ਮੇਰਾ ਐਕਚੁਅਲੀ ਇੰਟਰਸਟ ਇਹਦੇ ਵਿੱਚ ਹੈ, ਮੈਂ ਉਹ ਕਰਨਾ ਚਾਹੁੰਦਾ। ਦੈਨ ਆਪਾਂ ਉਹਨਾਂ ਨੂੰ ਉੱਧਰ ਟ੍ਰਾਂਸਫਰ ਕਰਦੇ ਹਾਂ ਕਿ ਤੁਸੀਂ ਆਪਣਾ ਇਹੀ ਕਰੋ ਜੋ ਤੁਹਾਡਾ ਦਿਲ ਕਰਦਾ। ਔਰ ਮੈਨੂੰ ਲੱਗਦਾ ਕਿ ਜਿਹੜਾ ਤੁਹਾਡਾ ਪੈਸ਼ਨ ਹੈ ਨਾ, ਉਹੀ ਤੁਹਾਨੂੰ ਲਾਈਫ 'ਚ ਅੱਗੇ ਲੈ ਕੇ ਜਾਏਗਾ, ਜਨੂਨ। ਅਦਰਵਾਈਜ਼ ਤਾਂ ਅਸੀਂ ਨਹੀਂ ਕਰ ਪਾਵਾਂਗੇ। ਸ਼ੁਰੂ 'ਚ ਜਿੰਨੇ ਵੀ ਆਪਾਂ ਸਕਸੈਸਫੁਲ ਐਂਟਰਪ੍ਰੀਨਿਓਰ ਦੇਖਦੇ ਹਾਂ ਜਾਂ ਜਿੰਨੇ ਵੀ ਕਾਮਯਾਬ ਬਿਜ਼ਨਸਮੈਨ ਦੇਖਦੇ ਹਾਂ, ਉਹਨਾਂ ਦੀ ਲਾਈਫ ਅਗਰ ਦੇਖੋਗੇ ਤਾਂ ਸ਼ੁਰੂ 'ਚ ਉਹਨਾਂ ਨੇ ਦੇਖੋ ਬੜੇ ਗਰਾਊਂਡ ਲੈਵਲ ਤੋਂ ਸਟਾਰਟ ਕੀਤਾ, ਬਿਲਕੁਲ। ਫਿਰ ਉਹ ਵਧਦੇ ਗਏ, ਫਿਰ ਰਿਲਾਇੰਸ ਵਾਲਾ ਦੇਖੋ, ਪੈਟਰੋਲ ਪੰਪ ਕੱਪੜਾ ਵੇਚਦੇ ਸੀ ਸਾਰਾ ਕੁਝ, ਧੀਰੂ ਭਾਈ ਅੰਬਾਨੀ, ਪਰ ਅੱਜ ਦੇ ਦੇਖੋ ਕਿੰਨਾ ਫਲਰਿਸ਼ ਹੋਇਆ ਉਹਨਾਂ ਦਾ। ਬਿਲਕੁਲ ਡਾਲੀਆ ਜੀ, ਇੱਕ ਸਵਾਲ ਸਾਡੇ ਕੋਲ ਪਹੁੰਚ ਚੁੱਕਾ ਹੈ ਸਾਡੇ ਇੱਕ ਦਰਸ਼ਕ ਦਾ, ਵਿਗਦਿਆਂ ਕੌਰ ਨੇ ਜੀ, ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ। ਹੈਲੋ, ਅਸੀਂ ਮੁੰਡੇ ਨੇ ਮੇਰੇ ਨੇ ਇਸਤੋਂ ਕਰਿਆ ਜੀ, ਇਲੈਕਟ੍ਰੀਸ਼ਨ ਦਾ ਡਿਪਲੋਮਾ ਜੀ। ਉਹ ਸਰਕਾਰੀ ਨੌਕਰੀ ਮਿਲ ਸਕਦੀ ਹੈ ਮੈਮ ਜਾਂ ਕੋਈ ਪ੍ਰਾਈਵੇਟ ਕਰ ਸਕਦੇ ਹਾਂ ਅਸੀਂ ਨੌਕਰੀ ਜੀ? ਸਵੈ ਰੋਜ਼ਗਾਰ ਇੱਕ ਏਦਾਂ ਦਾ ਕੀਤਾ ਹੈ ਕਿ ਤੁਸੀਂ ਗੁਲਾਮ ਨਹੀਂ ਹੋ ਕਿਸੇ ਦੇ, ਤੁਸੀਂ ਆਪਣੀ ਕਿੱਤੇ ਦੇ ਆਪ ਮਾਲਕ ਹੋ ਜੀ। ਔਰ ਤਾਂ ਕਿ ਉਹਨਾਂ ਨੂੰ ਇਸੇ ਤਰ੍ਹਾਂ ਪ੍ਰਮੋਟ ਕਰੋ, ਅਗਰ ਹੋ ਸਕੇ ਤਾਂ ਤੁਸੀਂ ਮੇਰੇ ਨਾਲ ਉਹਨਾਂ ਦੀ ਗੱਲ ਵੀ ਕਰਾਈਓ, ਮੈਂ ਬੱਚੇ ਨੂੰ ਥੋੜ੍ਹਾ ਮੋਟੀਵੇਟ ਵੀ ਕਰਾਂਗਾ ਜੀ। ਅਗਰ ਉਹਨਾਂ ਨੂੰ ਫਿਰ ਲੱਗਦਾ ਕਿ ਫਰਦਰ ਕਿਤੇ ਟ੍ਰੇਨਿੰਗ ਚਾਹੀਦੀ ਹੈ ਤੇ ਅਸੀਂ ਉਹਨੂੰ ਫਿਰ ਟ੍ਰੇਨਿੰਗ ਵੀ ਪ੍ਰੋਵਾਈਡ ਕਰ ਦਾਂਗੇ। ਹਾਂ, ਬੈਂਕ ਦੀ ਜਿੱਥੇ ਗੱਲ ਹੈ, ਤੁਸੀਂ ਜਿਹੜੇ ਵੀ ਬੈਂਕ 'ਚ ਓਪਰੇਟ ਕਰ ਰਹੇ ਹੋ, ਮੰਨ ਲਓ ਉਹਨੇ ਆਪਣਾ ਕੰਮ ਸਟਾਰਟ ਕਰਨਾ, ਤੁਸੀਂ ਉਹਨਾਂ ਨੂੰ ਜਾ ਕੇ ਗੱਲ ਕਰਕੇ ਦੱਸ ਸਕਦੇ ਹੋ ਵੀ ਡਿਪਲੋਮਾ ਹੋਲਡਰ ਹੈ ਬੰਦਾ, ਕੰਮ ਸਟਾਰਟ ਕਰਨਾ, ਕੁਝ ਔਜ਼ਾਰ ਲੈਣੇ ਨੇ, ਤੁਹਾਡੀ ਮਦਦ ਚਾਹੀਦੀ ਹੈ। ਮੈਨੂੰ ਲੱਗਦਾ ਕਿ ਮੁਦਰਾ ਲਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਤੁਹਾਨੂੰ ਆਰਾਮ ਨਾਲ ਲੋਨ ਮਿਲ ਜਾਏਗਾ, ਔਰ ਤੁਹਾਡੀ ਰਿਕੁਆਇਰਮੈਂਟ ਵੀ ਇੰਨੀ ਜ਼ਿਆਦਾ ਨਹੀਂ ਹੋ ਸਕਦੀ ਹੈ ਜਿਹੜੇ ਔਜ਼ਾਰ ਵਾਸਤੇ ਜੀ। ਤੇ ਮੈਂ ਚਾਹਾਂਗਾ ਕਿ ਉਹ ਬਜਾਏ ਕਿਸੇ ਕੋਲ ਜੋਬ ਕਰਨ ਦੇ, ਉਹਨੂੰ ਪ੍ਰਮੋਟ ਕਰੋ ਕਿ ਉਹ ਸੈਲਫ ਇੰਪਲਾਇਮੈਂਟ, ਸਵੈ ਰੋਜ਼ਗਾਰ ਵੱਲ ਜਾਏ, ਆਪਣਾ ਕੰਮ ਕਰੇ। ਔਰ ਮੈਨੂੰ ਲੱਗਦਾ ਕਿ ਆਪਣੇ ਕੰਮ 'ਚ ਬਹੁਤ ਆਨੰਦ ਆ, ਬਹੁਤ ਮਾਣ ਵੀ ਮਹਿਸੂਸ ਕਰਨ ਵਾਲੀ ਗੱਲ ਆ ਕਿ ਕਿਸੇ ਦੇ ਅਸੀਂ ਗੁਲਾਮ ਨਹੀਂ ਆ, ਆਪਣਾ ਕੰਮ ਕਰ ਰਹੇ ਹਾਂ ਜੀ। ਡਾਲੀਆ ਜੀ, ਗੱਲ ਕਰਦੇ ਹਾਂ ਆਰਥਿਕ ਪੱਖ ਦੀ। ਜਦੋਂ ਅਸੀਂ ਇਸ ਕਿਸੇ ਵੀ ਕੋਰਸ ਦੇ ਚੋਣ ਕਰਨਾ, ਇਹ ਜ਼ਰੂਰੀ ਹੈ ਕਿ ਉਹ ਬੰਦਾ ਆਰਥਿਕ ਪੱਖੋਂ ਜਿਹੜਾ ਵਾ ਉਹ ਜ਼ਿਆਦਾ ਕਮਜ਼ੋਰ ਹੋਣਾ ਚਾਹੀਦਾ, ਕਿਉਂਕਿ ਤੁਸੀਂ ਕਿਹਾ ਕਿ ਬਿਲਕੁਲ ਫ੍ਰੀ, ਮੋਸਟਲੀ ਜ਼ਿਆਦਾ ਸਾਰਾ ਕੁਝ ਫ੍ਰੀ ਪ੍ਰੋਵਾਈਡ ਕਰਵਾਉਂਦੇ ਹਾਂ। ਜੇ ਕਿਸੇ ਦਾ ਆਰਥਿਕ ਪੱਖ ਮਜ਼ਬੂਤ ਵੀ ਹੈ, ਮੰਨ ਲਓ ਕਿ ਉਹ ਵੀ ਉੱਥੇ ਆ ਸਕਦਾ? ਬਿਲਕੁਲ, ਦੇਖੋ ਜੀ, ਆਲ ਆਰ ਵੈਲਕਮ, ਸਾਰਿਆਂ ਦਾ ਸਵਾਗਤ ਹੈ ਉੱਥੇ। ਲੇਕਿਨ ਕੁਝ BPL ਕੈਂਡੀਡੇਟ ਹੁੰਦੇ ਨੇ ਜਿੱਦਾਂ ਬਿਲੋ ਪੋਵਰਟੀ ਲਾਈਨ, ਉਹ ਵੀ ਆਉਂਦੇ ਨੇ। ਕੋਈ ਏਜ ਵਾਰ ਨਹੀਂ ਹੈ, ਕੋਈ ਕਾਸਟ ਵਾਰ ਨਹੀਂ ਹੈ। ਏਜ ਵਾਰ ਤਾਂ 18 ਤੋਂ 45 ਹੈ, ਕੋਈ ਕਾਸਟ ਵਾਰ ਨਹੀਂ ਹੈ। ਆਲ ਆਰ ਵੈਲਕਮ, ਸਾਰੇ ਆ ਸਕਦੇ ਨੇ। ਔਰ ਇਹ ਨਹੀਂ ਹੈ ਕਿ ਕੋਈ ਬਹੁਤ ਵੱਡੇ ਘਰ ਦਾ ਅਤੇ ਉਹ ਆ ਕੇ ਨਹੀਂ ਕਰ ਸਕਦਾ, ਉਹ ਵੀ ਆ ਕੇ ਕਰ ਸਕਦਾ। ਮੇਰੇ ਕੋਲ, ਮੈਂ ਤੁਹਾਡੇ ਥੋੜ੍ਹਾ ਜਿਹਾ ਇੱਕ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਵੱਖ ਵੱਖ ਯੂਨੀਵਰਸਿਟੀ ਤੋਂ, ਕਾਲਜ ਤੋਂ ਡਿਗਰੀ ਔਰ ਪੋਸਟ ਡਿਗਰੀ ਲੈ ਕੇ ਕੁੜੀਆਂ ਵੀ ਸਾਡੇ ਕੋਲ ਜਾਂ ਮੁੰਡੇ ਵੀ ਸਾਡੇ ਕੋਲ ਟ੍ਰੇਨਿੰਗ ਆ ਕੇ ਪਾਸ ਆਊਟ, ਕਿਉਂਕਿ ਪ੍ਰੈਕਟੀਕਲ ਜਿਹੜਾ ਨੌਲੇਜ ਹੈ ਨਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਇੰਸਟੀਚਿਊਟ ਦੇ ਵਿੱਚ, ਮੈਂ ਉਹਨਾਂ ਨੂੰ ਬੁਰਾ ਨਹੀਂ ਕਹਿ ਰਿਹਾ, ਪਰ ਪ੍ਰੈਕਟੀਕਲ ਨੌਲੇਜ ਉੱਥੇ ਘੱਟ ਹੈ, ਥਿਓਰੈਟੀਕਲ ਜ਼ਿਆਦਾ। ਅਤੇ ਅਸੀਂ ਸਾਰਾ ਫੋਕਸ ਹੀ ਪ੍ਰੈਕਟੀਕਲ ਨੌਲੇਜ 'ਤੇ ਕਰਦੇ ਹਾਂ ਕਿ ਕੱਲ੍ਹ ਨੂੰ ਜਦੋਂ ਮਾਰਕੀਟ 'ਚ ਜਾਏ ਤਾਂ ਉਹਨੂੰ ਪਤਾ ਲੱਗੇ ਕਿ ਯਾਰ ਵਾਇਰ ਕਿੱਥੋਂ ਪਕੜੀਏ, ਮੋਬਾਈਲ ਕਿੱਥੋਂ ਖਰਾਬ ਹੋਇਆ, ਹੈ ਨਾ। ਇਹ ਸਾਰਾ ਕੁਛ ਡਰੈਸ ਡਿਜ਼ਾਇਨਿੰਗ ਦੇ ਵਿੱਚ
ਇਹ ਸਾਰਾ ਕੁਛ ਉਹਨੂੰ ਪਤਾ ਲੱਗਦਾ। ਉਹ ਸਾਰੇ ਹੀ ਬੱਚੇ ਆਉਂਦੇ ਨੇ, ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈ ਕਿ ਘੱਟ ਪੜ੍ਹਿਆ ਲਿਖਿਆ ਜਾਂ ਜ਼ਿਆਦਾ ਪੜ੍ਹਿਆ ਲਿਖਿਆ। ਗੱਲਾਂ ਗੱਲਾਂ 'ਚ ਕੋਈ ਅਮੀਰ ਗਰੀਬ ਕੋਈ ਫਰਕ, ਕੋਰਸ ਵੀ ਦੱਸ ਦਿੱਤੇ ਵੀ ਕਿਹੜੇ ਕਿਹੜੇ ਕੋਰਸ ਹੈਗੇ ਆ, ਥੋੜ੍ਹਾ ਬਹੁਤ ਥੋੜ੍ਹਾ ਜਿਹਾ। ਸਾਨੂੰ ਇਹ ਵੀ ਦੱਸੋ ਵੀ ਇਹਨਾਂ ਕੋਰਸਿਸ ਜਿਹੜੇ ਅਸੀਂ ਕਰਦੇ ਹਾਂ, ਇਹਨਾਂ ਦੀ ਡਿਊਰੇਸ਼ਨ, ਇਹਨਾਂ ਦਾ ਸਮਾਂ ਕਿੰਨਾ ਹੈ, ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੱਕ ਦੇ ਕੋਰਸ ਤੁਸੀਂ ਕਰਵਾਓਗੇ? ਗੁਰਵਿੰਦਰ ਜੀ ਬਹੁਤ ਵਧੀਆ, ਔਰ ਸਭ ਤੋਂ ਅਹਿਮ ਸਵਾਲ ਕਵਾਂਗਾ ਪੂਰੀ ਡਿਸਕਸ਼ਨ ਦਾ ਸਾਡਾ, ਕਿ ਅਗਰ ਆਪਾਂ ਮੰਨ ਲਓ ਬਿਊਟੀ ਪਾਰਲਰ ਦਾ ਕੋਰਸ ਕਿਸੇ ਕਾਲਜ ਯੂਨੀਵਰਸਿਟੀ 'ਚੋਂ ਸਿੱਖਣ ਜਾਣਾ ਜਾਂ ਕਿਤੇ ਪ੍ਰਾਈਵੇਟ ਅਦਾਰੇ ਜਿੱਦਾਂ ਬਹੁਤ ਬਹੁਤ ਤੁਹਾਨੂੰ ਪਤਾ ਬੱਸ ਅੱਡੇ ਦੇ ਆਸ ਪਾਸ ਲੱਗੇ ਹੋਏ ਜਲੰਧਰ ਦੇ ਜੀ, ਮੈਨੂੰ ਲੱਗਦਾ ਹੋਵੇ ਸਾਲ ਦੋ ਸਾਲ। ਔਰ ਅਗਰ ਮੈਨਸ ਪਾਰਲਰ ਸਲੂਨ ਦਾ ਗੱਲ ਕਰਾਂਗੇ ਬੱਚਿਆਂ ਦਾ, ਤਾਂ ਉਹ ਮੈਨੂੰ ਲੱਗਦਾ 7-7 ਮਹੀਨੇ ਉਹਨਾਂ ਨੂੰ ਚਾਹ ਪਾਣੀ 'ਤੇ ਲਾਈ ਰੱਖਦੇ ਆ। ਸਾਡੇ ਕੋਲ ਜਿਹੜੀ ਟ੍ਰੇਨਿੰਗ ਸਾਡੇ ਰੂਟਸਾਈਡ ਇੰਸਟੀਟਿਊਟ ਦੀ ਜਿਹੜੀ ਬਿਊਟੀ ਆਫ ਦਾ ਟ੍ਰੇਨਿੰਗ ਹੈ, ਉਹ ਇਹ ਹੈ ਕਿ ਸਾਰੇ ਸ਼ੋਰਟ ਡੋਰੇਸ਼ਨ ਪ੍ਰੋਗਰਾਮ ਨੇ, ਔਰ ਮੈਕਸੀਮ ਜਿਹੜਾ ਹੈਗਾ ਉਹ ਕੰਪਿਊਟਰ ਹਾਰਡਵੇਅਰ ਨੈਟਵਰਕਿੰਗ ਦਾ ਹੈ, ਉਹ 45 ਦਿਨ ਦਾ, ਬਾਕੀ ਸਾਰੇ ਕੋਰਸਿਸ 10-30 ਦਿਨ ਦੇ ਨੇ, 30 ਡੇਜ਼। ਹਾਂ, ਤੁਹਾਨੂੰ ਟਾਈਮ ਦੇਣਾ ਪਏਗਾ, ਸਵੇਰੇ 9:30 ਤੋਂ 5:30। ਹੁਣ ਅੱਜ ਕੱਲ੍ਹ ਕਿਤੇ ਜਾਈਏ ਅਸੀਂ, ਮਤਲਬ ਤੁਹਾਡਾ ਬੱਚਾ ਸਕੂਲ ਕਾਲਜ ਕਿਤੇ ਗਿਆ, ਅਤੇ ਪਹਿਲਾਂ ਪੇਰੈਂਟਸ ਨੂੰ ਇਹ ਹੁੰਦਾ ਕਿ ਦੁਪਹਿਰ ਨੂੰ ਖਾਊਗਾ ਕੀ, ਉਹ ਕਿਤੇ ਲੰਚ ਦੇ ਵੀ ਅਰੇਂਜਮੈਂਟ ਕਰ ਦਈਏ, ਅਤੇ ਸਾਡਾ ਇੰਸਟੀਟਿਊਟ ਬਿਲਕੁਲ ਫ੍ਰੀ ਉਹਨੂੰ ਪ੍ਰੋਵਾਈਡ ਕਰਦਾ, ਲੰਚ 2 ਟਾਈਮ ਚਾਹ ਵੀ ਦਿੰਦਾ, ਔਰ ਸਾਰਾ ਟ੍ਰੇਨਿੰਗ ਮਟੀਰੀਅਲ ਵੀ ਫ੍ਰੀ ਪ੍ਰੋਵਾਈਡ ਕਰਦਾ ਹੈ। 18 ਸਾਲ ਤੋਂ 45 ਸਾਲ ਦੀ ਏਜ ਗਰੁੱਪ ਦੇ ਬੱਚੇ ਜਿਹੜੇ ਵੱਖ ਵੱਖ ਥਾਵਾਂ 'ਤੇ ਬਿਨਾਂ ਮਤਲਬ ਤੋਂ ਪੈਸੇ ਲਗਾ ਰਹੇ ਨੇ, ਘਰਦਿਆਂ ਦੇ ਵੀ, ਆਪਣੇ ਵੀ। ਤੁਹਾਡੇ ਇਹਨੂੰ ਰੂਟ ਸੈੱਟ ਕਿਹਾ ਜਾਂਦਾ ਨਾ, ਰੂਰਲ ਡਿਵੈਲਪਮੈਂਟ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਟਿਊਟ ਹੈ ਨਾ, ਯਾਨੀ ਪੇਂਡੂ ਵਿਕਾਸ ਅਤੇ ਸਵੈ ਰੁਜ਼ਗਾਰ ਸਿਖਲਾਈ ਸੰਸਥਾਨ। ਇਹ ਸੰਸਥਾਨ ਪੂਰੇ ਪੰਜਾਬ ਦੇ ਵਿੱਚ ਹੈ ਨੇ ਜਾਂ ਖਾਸ ਜਲੰਧਰ ਦੇ ਵਿੱਚ ਹੀ ਹੈ ਪੰਜਾਬ ਦਾ ਆਪਣਾ ਇੱਕ? ਬਹੁਤ ਵਧੀਆ ਗੁਰਵਿੰਦਰ ਜੀ, ਇਹ ਐਕਚੁਲੀ ਜਿਹੜਾ ਰੂਟ ਸੈੱਟ ਇੰਸਟੀਟਿਊਟ ਹੈ ਪੰਜਾਬ 'ਚ ਇੱਕੋ ਹੀ ਹੈ, ਔਰ ਲੱਕੀਲੀ ਉਹ ਸਾਡੇ ਜਲੰਧਰ ਸ਼ਹਿਰ ਦੇ ਵਿੱਚ। ਅੱਛਾ, ਪੰਜਾਬ ਦਾ ਇਹ। ਦੇਖੋ 1982 ਦੇ ਵਿੱਚ ਡਾਕਟਰ ਡੀ ਵਰਿੰਦਰ ਹੇਗੜੇ ਜੀ, ਉਹ ਸਿੰਡੀਕੇਟ ਬੈਂਕ ਤੋਂ ਕੈਨਰਾ ਬੈਂਕ ਨੇ ਇਹਨੂੰ ਲਿਆਂਦਾ ਹੋਣ ਦੇ ਵਿੱਚ। ਉਸ ਤੋਂ ਬਾਅਦ 2008-09 ਦੇ ਵਿੱਚ ਆਰ ਸੈਟਿਸ ਮਤਲਬ ਜਿਹੜੇ ਲੀਡ ਬੈਂਕ ਹੁੰਦਾ, ਹਰ ਜ਼ਿਲ੍ਹੇ 'ਚ ਇੱਕ ਲੀਡ ਬੈਂਕ ਹੁੰਦਾ, ਉਹਦੀ ਡਿਊਟੀ ਲਗਾ ਦਿੱਤੀ ਗਈ ਕਿ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਟ੍ਰੇਨਿੰਗ ਇੰਸਟੀਟਿਊਟ ਖੋਲ੍ਹਣਾ ਹੈ। ਉਹ ਕਨਸੈਪਟ 2009 ਦਾ, ਪਰ ਅਸੀਂ 1982 ਤੋਂ ਸਟਾਰਟ ਕਰ ਰਹੇ ਹਾਂ। ਉਹ ਹੁਣ ਸਾਰੇ ਦੇਖ ਲਓ, 687 ਦੇ ਕਰੀਬ ਜ਼ਿਲ੍ਹੇ ਆ ਪੂਰੇ ਇੰਡੀਆ ਵਿੱਚ, ਜਿਹਦੇ 600 ਦੇ ਕਰੀਬ ਇੰਸਟੀਟਿਊਟ ਖੁੱਲ੍ਹ ਚੁੱਕੇ ਨੇ। ਕੁਛ ਜ਼ਿਲ੍ਹੇ ਰਹਿੰਦੇ ਨੇ ਜਿਨ੍ਹਾਂ ਵਿੱਚ ਖੁੱਲ੍ਹ ਰਹੇ ਆ ਅਜੇ ਹੌਲੀ ਹੌਲੀ, ਪਰ ਉਹ ਮੈਨੂੰ ਲੱਗਦਾ ਕਿ ਪੂਰਾ ਹੀ ਕਵਰ ਕਰਨਾ ਹੈ। ਔਰ ਪੀਐਮ ਸਾਹਿਬ ਤਾਂ ਤੁਹਾਨੂੰ ਪਤਾ ਬਹੁਤ ਫੋਕਸ ਕਰ ਰਹੇ ਨੇ ਸਕਿੱਲ ਡਿਵੈਲਪਮੈਂਟ ਦੇ ਉੱਤੇ, ਔਰ ਬੈਂਕ ਵੀ ਸਾਰੇ ਸਪੋਰਟ ਕਰ ਰਹੇ ਨੇ। ਕਿੰਨੀਆਂ ਸੀਟਾਂ ਤੁਹਾਡੇ ਕੋਲ ਹੁੰਦੀਆਂ ਨੇ? ਦੇਖੋ ਜੀ, ਪੂਰੇ ਪੰਜਾਬ ਵਾਸਤੇ ਕਿੰਨੀਆਂ ਸੀਟਾਂ ਤੁਸੀਂ ਰੱਖ ਰਹੇ ਹੋ? ਅਗਰ ਤੁਸੀਂ ਗੱਲ ਕਰੀਏ ਕਿ ਅਗਰ ਬੈਚ ਜਿਹੜਾ ਸਾਡਾ ਸਟਾਰਟ ਹੁੰਦਾ ਕਿਸੇ ਵੀ ਸਟ੍ਰੀਮ ਦੇ ਵਿੱਚ, ਤਾਂ ਘੱਟ ਤੋਂ ਘੱਟ ਸਾਨੂੰ 25 ਔਰ ਮੈਕਸੀਮਮ 35 ਬੈਚ ਚਾਹੀਦੇ, ਬੱਚੇ ਚਾਹੀਦੇ। ਕਦੇ ਵੀ ਸ਼ੁਰੂ ਕਰ ਸਕਦੇ ਹੋ ਤੁਸੀਂ? ਸਾਰਾ ਸਾਡਾ ਪੂਰਾ ਐਨੂਅਲ ਐਕਸ਼ਨ ਪਲਾਨ ਇੱਕ ਬਣ ਕੇ ਆਉਂਦਾ, ਜਿਹੜਾ ਅਸੀਂ ਫਲੈਸ਼ ਕਰ ਦਿੰਦੇ ਹਾਂ ਸਾਰੇ ਗਰੁੱਪ ਦੇ ਵਿੱਚ ਕਿ ਇਹ ਫਲਾਣ ਮਹੀਨੇ 'ਚ ਇਹ ਕੋਰਸ ਹੋਏਗਾ। ਥੋੜ੍ਹਾ 15 ਕੁ ਦਿਨ ਦਾ ਫਰਕ ਪੈ ਸਕਦਾ, ਮੈਕਸ ਇਸ ਤੋਂ ਜ਼ਿਆਦਾ ਨਹੀਂ ਜੀ, ਅਤੇ ਕਿਉਂਕਿ ਵੈਦਰ ਦੇ ਹਿਸਾਬ ਨਾਲ। ਬਿਲਕੁਲ ਜੀ, ਔਰ ਜਗਦੀਸ਼ ਕੁਮਾਰ ਜੀ, ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਬਹੁਤ ਸਾਰੇ ਸਵਾਲ ਨੇ ਜਿਹੜੇ ਤੁਹਾਡੇ ਨਾਲ ਹਜੇ ਕਰਨੇ ਬਾਕੀ ਨੇ, ਪਰ ਸਾਡੇ ਪ੍ਰੋਗਰਾਮ ਦਾ ਨਾਮ ਹੈ ਜੀ ਗੱਲਾਂ ਤੇ ਗੀਤ। ਬਿਲਕੁਲ ਜੀ, ਮਿਲਦੇ ਹਾਂ ਜੀ ਗੀਤ ਤੋਂ ਬਾਅਦ। ਨਹੀਂ ਰੋਕਣਾ ਸਾਥੀਆਂ ਸੰਗੀਆਂ ਨੇ ਸਾਨੂੰ ਆਣ ਕੇ ਮਾਹੀ ਦੀਦਾਰ ਦੇ ਜਾ, ਉਮਰਾਂ ਛੋਟੀਆਂ ਤੇ ਜੁਦਾਈਆਂ ਲੰਮੀਆਂ ਨੇ, ਉਮਰਾਂ ਛੋਟੀਆਂ ਤੇ ਜੁਦਾਈਆਂ ਸੱਜਣ
ਸੁੱਖਾਂ ਤੇ ਪਾਰੋ ਹੋ ਜਾਏ ਇੱਕੋ ਦੁੱਖ ਜਦਾਈ ਦਿਲ ਕਮਲਾ ਨਹੀਂ ਕਾਬੂ ਰਹਿੰਦਾ ਹੋ ਜਾਏ ਫੇਰ ਸ਼ਦਾਈ ਸਾਡੇ ਨਾਲ ਹੈ ਜੀ ਸ਼੍ਰੀ ਜਗਦੀਸ਼ ਕੁਮਾਰ ਡਾਲੀਆ ਜੀ। ਜਗਦੀਸ਼ ਜੀ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਲੋਕ ਜਿਹੜੇ ਨੇ ਉਹ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਬੁਟੀਕ ਦਾ ਜਾਂ ਪਾਰਲਰ ਦਾ ਕੋਈ ਕੋਰਸ ਕੀਤਾ, ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਅੱਜ ਕੱਲ੍ਹ ਨਵੀਆਂ ਟੈਕਨੀਕਸ ਹਰ ਇੱਕ ਚੀਜ਼ ਦੇ ਵਿੱਚ ਆਉਂਦੀਆਂ, ਚਾਹੇ ਉਹ ਸਿਖਲਾਈ ਹੋ ਜਾਵੇ, ਚਾਹੇ ਉਹ ਬਿਊਟੀ ਪਾਰਲਰ ਹੋ ਜਾਵੇ, ਕੋਈ ਵੀ ਚੀਜ਼ ਹੋ ਜਾਵੇ, ਅਤੇ ਫਿਰ ਜੇਕਰ ਕਿਸੇ ਨੇ ਆਪਣਾ ਨਵਾਂ ਕੰਮ 10 ਸਾਲ ਪਹਿਲਾਂ ਸਿੱਖਿਆ ਹੋਇਆ ਹੁਣ ਖੋਲ੍ਹਣਾ, ਅਤੇ ਉਹਦੇ ਵਾਸਤੇ ਕੁਝ ਸ਼ੋਰਟ ਕੋਰਸਿਸ ਹੈਗੇ ਜਿਹਦੇ ਵਿੱਚ ਉਹ ਮਤਲਬ ਅੱਜ ਰੀਨਿਊ ਕਰ ਸਕਣ ਸਾਰਾ ਕੁਝ, ਦੁਬਾਰਾ ਤੋਂ ਉਸ ਚੀਜ਼ ਵਿੱਚੋਂ ਨਿਕਲ ਕੇ ਅਤੇ ਨਵਾਂ ਕੰਮ ਸ਼ੁਰੂ ਕਰ ਸਕਣ? ਬਿਲਕੁਲ ਨਹੀਂ, ਤਾਂ ਮੈਮ ਸਕਿੱਲ ਅਪਗ੍ਰੇਡੇਸ਼ਨ ਦਾ ਇੱਕ ਪ੍ਰੋਗਰਾਮ ਹੈ ਸਾਡੇ ਕੋਲ ਜਿਹੜਾ 10 ਦਿਨ ਦਾ ਹੈ ਜੀ, ਉਹ ਸਾਡੇ ਟ੍ਰੇਨਡ ਬੱਚੇ ਜਿਹੜੇ ਕਿ ਅੱਜ ਤੋਂ 2-4 ਸਾਲ ਪਹਿਲਾਂ ਸਿੱਖ ਗਏ ਸੀ, ਪਰ ਹੁਣ ਦੇਖੋ ਮਾਰਕੀਟ ਦੇ ਵਿੱਚ ਨਵੀਂ ਨਵੀਂ ਟੈਕਨੀਕਸ ਨਵੀਂ ਨਵੀਂ ਸਾਰੀਆਂ ਟੈਕਨੋਲੋਜੀ ਆ ਗਈਆਂ ਨੇ, ਪਰ ਉਹ ਬੱਚਿਆਂ ਨੂੰ ਨਹੀਂ ਲੱਗ ਰਿਹਾ ਕਿ ਅਸੀਂ ਇਹ 'ਚ ਐਡਜਸਟ ਕਰ ਪਾ ਰਹੇ ਹਾਂ, ਤਾਂ ਉਹ 10 ਦਿਨ ਦਾ ਇੱਕ ਸਕਿੱਲ ਅਪਗ੍ਰੇਡੇਸ਼ਨ ਦਾ ਪ੍ਰੋਗਰਾਮ ਹੈ ਜਿਹੜਾ ਅਸੀਂ ਉਹਨੂੰ ਪ੍ਰੋਵਾਈਡ ਕਰਦੇ ਹਾਂ ਅਲੱਗ ਅਲੱਗ ਸਟ੍ਰੀਮ ਦੇ ਵਿੱਚ ਜੀ, ਜਿੱਥੇ ਆ ਕੇ ਉਹ ਬਿਲਕੁਲ ਲੇਟੈਸਟ ਜਿਹੜੇ ਟ੍ਰੈਂਡ ਚੱਲ ਰਿਹਾ ਮਾਰਕੀਟ ਦੇ ਵਿੱਚ ਉਹਨਾਂ ਨਾਲ ਜਾਣੂ ਹੁੰਦੇ ਨੇ, ਔਰ ਉਹ ਹਾਲਾਂਕਿ ਮੈਨੂੰ ਲੱਗਦਾ ਕਿ ਉਹ ਸਾਰੇ ਸੈਟਲ ਬੱਚੇ ਆਪਣਾ ਕੰਮ ਕਰ ਰਹੇ ਨੇ, ਉਹਨਾਂ ਦੇ ਨਾਲ ਕੁਝ ਹੋਰ ਵੀ ਬੱਚੇ ਜਿਹਨਾਂ ਨੂੰ ਉਹ ਕੰਮ ਇੰਪਲਾਇਮੈਂਟ ਵੀ ਦਿੱਤੀ ਹੋਈ ਉਹਨਾਂ ਨੇ, ਫਿਰ ਉਹ ਪਿੱਛੋਂ ਉਹਨਾਂ ਨੂੰ ਸੰਭਾਲਦੇ ਨੇ, ਉਹ 10 ਦਿਨ ਸਾਡੇ ਕੋਲ ਰਹਿੰਦੇ ਨੇ, ਔਰ ਸਾਰੀਆਂ ਹੀ ਉਹ ਟੈਕਨੀਕਸ ਈਵਨ ਆਪਾਂ
ਅੱਜਕੱਲ ਮੀਡੀਆ ਹੈ, ਤੁਹਾਨੂੰ ਪਤਾ ਸਾਰਾ ਕੁਛ, ਜੋ ਵੀ ਸਾਨੂੰ ਲੱਗਦਾ ਕੰਪਿਊਟਰਾਈਜ਼ ਚੀਜ਼ਾਂ ਕੋਈ ਸਿਖਾਉਣੀਆਂ ਉਹ ਵੀ ਸਿਖਾ ਦਿੰਦੇ ਸੋਸ਼ਲ ਮੀਡੀਆ ਹੈ, ਮੀਡੀਆ ਹਾਂ ਸੋਸ਼ਲ ਮੀਡੀਆ। ਔਰ ਦੂਸਰਾ ਹੈ ਕਿ ਉਹ ਸਕਿੱਲ ਦੇ ਵਿੱਚ ਸਾਡੇ ਟ੍ਰੇਨ ਜਿਹੜੇ ਟੀਚਰਸ ਉਹਨਾਂ ਨੂੰ ਅਪਡੇਟ ਕਰ ਦਿੰਦੇ ਔਰ ਜਦੋਂ ਜਾਂਦੇ ਨੇ ਤਾਂ ਲੱਗਦੇ ਆ ਕਿ ਬੜੇ ਪ੍ਰਾਊਡ ਫੀਲ ਕਰਦੇ ਕਿ ਜਿਹੜੀ ਸਾਡੀ ਲੈਕਿੰਗ ਸੀਗੀ ਜਿਹੜੇ 5-7 ਸਾਲ ਪਹਿਲਾਂ ਦੀ ਆਪਾਂ ਉਹਨਾਂ ਨੂੰ ਪੂਰਾ ਕਰ ਲਿਆ। ਡੱਲੀ ਜੀ, ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਕਿ ਅੱਜ ਕੱਲ੍ਹ ਦੇਖਦੇ ਹਾਂ ਜੇ ਅਸੀਂ ਪਾਰਲਰ ਦਾ ਕੰਮ ਸਿੱਖਣਾ ਵਾ ਜਾਂ ਨਵਾਂ ਕਰਨਾ ਤਾਂ ਇੱਕ ਏਅਰ ਬ੍ਰਸ਼ ਵਗੈਰਾ ਇੱਕ ਨਵੀਂ ਟੈਕਨੀਕ ਆਈ ਹੈ, ਉਹ ਨਵੀਂ ਚੀਜ਼ ਆਈ ਹੈ ਪਰ ਕਿ ਉਹ ਮਹਿੰਗੀ ਬਹੁਤ ਹੈ, ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਨੇ ਅੱਜ ਕੱਲ੍ਹ ਇਸ ਚੀਜ਼ ਦੇ ਵਿੱਚ, ਕਿ ਉਹ ਵੀ ਨਵੀਂ ਟੈਕਨੀਕ ਸਿਖਾਈ ਜਾਂਦੀ ਹੈ ਜਾਂ ਪਹਿਲਾਂ ਦੀ? ਮੈਂ ਬਹੁਤ ਵਧੀਆ ਸਵਾਲ ਕੀਤਾ ਕਿ ਜਿੱਦਾਂ ਲੱਗਦਾ ਕਿ ਫ੍ਰੀ ਸਭ ਕੁਛ ਹੋ ਰਿਹਾ ਤੇ ਉੱਥੇ ਕੀ ਕੀ ਹੋਏਗਾ? ਮੈਨੂੰ ਲੱਗਦਾ ਕਦੀ ਆਪਾਂ ਝਾਤ ਮਾਰੀਏ ਤੇ ਜਿਹੜੀਆਂ ਸਾਡੀ ਲਾਈਫ 'ਚ ਫ੍ਰੀ ਚੀਜ਼ਾਂ ਸਭ ਤੋਂ ਕੀਮਤੀ ਨੇ ਉਹ, ਹੈਨਾ, ਜੋ ਕੁਦਰਤ ਵੱਲੋਂ ਸਾਨੂੰ ਮਿਲੀਆਂ ਹੋਈਆਂ ਉਹ ਫ੍ਰੀ ਨੇ, ਤੇ ਜਿਹੜੀ ਫ੍ਰੀ ਟ੍ਰੇਨਿੰਗ ਹੈ ਉਹ ਫ੍ਰੀ ਨਹੀਂ ਹੈ, ਤੁਸੀਂ ਆਪਣਾ ਟਾਈਮ ਦੇ ਰਹੇ ਹੋ ਜਿਹੜਾ ਕਦੀ ਵਾਪਸ ਨਹੀਂ ਆਉਣਾ ਲਾਈਫ ਦੇ ਵਿੱਚ, ਹੈਨਾ, ਉਹਨੂੰ ਫ੍ਰੀ ਨਾ ਸਮਝ ਗਿਆ। ਔਰ ਜਿੱਥੇ ਗੱਲ ਰਹੀ ਕਿ ਲੇਟੈਸਟ ਸਾਰੇ ਜਿਹੜੇ ਇਕੁਪਮੈਂਟ ਵਗੈਰਾ ਉਹ ਸਾਰੇ ਅਸੀਂ ਯੂਜ਼ ਕਰਦੇ ਹਾਂ। ਏਅਰ ਬ੍ਰਸ਼ ਗਨ ਦਾ ਅਗਰ ਤੁਸੀਂ ਸਟਾਰਟ ਕਰਦੇ ਹਾਂ, ਅਸੀਂ ਪਾਰਲਰ 'ਤੇ ਕਿਤੇ ਜਾਂਦੇ ਹਾਂ ਵੱਡੇ ਸਲੂਨ ਦੇ ਉੱਤੇ ਅਤੇ ਜਾ ਕੇ ਉੱਥੋਂ ਸਟਾਰਟ ਕਰਦੇ, ਮਤਲਬ 15,000 ਤੋਂ ਸਟਾਰਟਿੰਗ ਕਰਦੇ ਹਾਂ, ਅਸੀਂ ਉਹ ਸਾਰੀ ਹੀ ਟ੍ਰੇਨਿੰਗ ਦੇਖੋ ਫ੍ਰੀ ਆਫ ਕੋਸਟ ਸਾਰਿਆਂ ਬੱਚਿਆਂ ਨੂੰ ਕਰਵਾਉਂਦੇ ਹਾਂ। ਹਰ ਬੱਚੇ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਆ ਕੇ ਸਿਖਾਉਂਦੇ ਹਾਂ ਕਿ ਤੁਸੀਂ ਆਪ ਫੜੋ ਗਨ ਨੂੰ ਔਰ ਆਪ ਸਾਰਾ ਕੁਛ ਕਰੋ। ਲੇਟ ਔਰ ਪ੍ਰੋਡਕਟ ਦੀ ਗੱਲ ਕਰੀਏ ਤਾਂ ਮੈਂ ਸਭ ਤੋਂ ਜਿਹੜੇ ਵਧੀਆ ਔਰ ਲੇਟੈਸਟ ਜੋ ਮਾਰਕੀਟ ਦੇ ਵਿੱਚ ਅਵੇਲੇਬਲ ਆ ਉਹ ਪ੍ਰੋਡਕਟ ਅਸੀਂ ਉਹਨਾਂ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ ਹਰ ਸਟ੍ਰੀਮ ਦੇ ਵਿੱਚ, ਇਕੱਲਾ ਪਾਰਲਰ ਜਾਂ ਡੈਸ ਡਿਜ਼ਾਇਨਿੰਗ ਦੇ ਵਿੱਚ ਨਹੀਂ, ਹਰ ਤਰ੍ਹਾਂ ਦੇ ਵਿੱਚ। ਠੀਕ ਹੈ। ਔਰ ਤਾਂ ਕਿ ਉਹਨਾਂ ਨੂੰ ਕੋਈ ਇਹ ਨਾ ਲੱਗੇ ਕਿ ਜਾ ਕੇ ਮਾਰਕੀਟ 'ਚ ਕਿ ਇਹ ਪ੍ਰੋਡਕਟ ਆਪਾਂ ਕਿੱਥੋਂ ਦੇਖਿਆ ਸੀ ਜਾਂ ਕਿੱਥੋਂ ਲਿਆ ਸੀ। ਔਰ ਕੁਛ ਕੁਛ ਬੱਚਿਆਂ ਨੂੰ ਮੈਂ ਨਾਲ ਲੈ ਕੇ ਜਾਂਦਾ ਕਿ ਤੁਸੀਂ ਨਾਲ ਜਾਓ ਔਰ ਜਾ ਕੇ ਦੇਖੋ ਕਿੱਦਾਂ ਮਾਰਕੀਟ ਦੇ ਵਿੱਚ ਤੁਸੀਂ ਕੰਪੀਟ ਕਰਨਾ। ਅੱਛਾ, ਇੱਕ ਸਵਾਲ ਥੋੜ੍ਹਾ ਜਿਹਾ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ, ਥੋੜ੍ਹਾ ਉੱਪਰਲੇ ਲੈਵਲ ਦਾ ਇਹ ਹੈ ਕਿ ਇਹ ਕੌਣ ਤੈਅ ਕਰਦਾ ਹੈ ਕਿ ਇਸ ਵੇਲੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਹੈ? ਮਸਲਨ ਜੇ ਮੈਂ ਹੁਣ ਇੱਕ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਸਾਡੇ ਕੋਲ ਇਸ ਵੇਲੇ ਸੋਸ਼ਲ ਮੀਡੀਆ ਨੂੰ ਮੈਨੇਜ ਕਰਨ ਵਾਸਤੇ ਮੈਨੇਜਰਸ ਦੀ ਜ਼ਰੂਰਤ ਦੇਖੀ ਜਾ ਰਹੀ ਮਾਰਕੀਟ ਦੇ ਵਿੱਚ, ਕਿ ਉਹਦੇ 'ਤੇ ਇੰਨੇ ਸਾਰੇ ਪਲੇਟਫਾਰਮ ਨੇ, ਉਹਨਾਂ 'ਤੇ ਇੱਕ ਪੋਸਟ ਪਾਉਣੀ, ਦੂਜੀ ਪੋਸਟ ਪਾਉਣੀ, ਸਾਡੇ ਦੂਰਦਰਸ਼ਨ ਦੀਆਂ ਵੀ ਪੋਸਟ ਪੈਂਦੀਆਂ ਨੇ ਸੋਸ਼ਲ ਮੀਡੀਆ 'ਤੇ। ਕੌਣ ਇਹ ਤੈਅ ਕਰਦਾ ਕਿ ਕਿਸ ਤਰ੍ਹਾਂ ਦਾ ਕੋਰਸ ਹੋਣਾ ਚਾਹੀਦਾ ਜਿਹੜਾ ਆਉਣ ਵਾਲੇ ਸਮੇਂ ਦੇ ਹਿਸਾਬ ਦੇ ਨਾਲ ਬਿਲਕੁਲ ਮਾਫੀ? ਦੇਖੋ, ਇਹ ਸਾਰਾ ਜਿਹੜਾ ਸਾਡਾ ਜਿਹੜੀ ਕੰਟਰੋਲਿੰਗ ਆਫਿਸਰ ਬੈਂਗਲੌਰ ਦੇ ਵਿੱਚ ਹੈ, ਉਜਰੇ ਇੱਕ ਜਗ੍ਹਾ ਛੋਟੀ ਜਿਹੀ ਦਕਸ਼ਿਣ ਕਨੇਡਾ 'ਚ, ਉੱਥੋਂ ਡਿਸਾਈਡ ਹੁੰਦਾ। ਉਹ 'ਚ ਸਾਡੇ ਬਹੁਤ ਹੀ ਸੀਨੀਅਰ ਕੁਆਲੀਫਾਈਡ ਔਰ ਦੋ ਤਿੰਨ ਰਿਟਾਇਰਡ IAS ਅਫਸਰ ਬੈਠੇ ਹੋਏ ਨੇ। ਅੱਛਾ ਜੀ। ਜਿਹੜਾ ਪੂਰਾ ਮਾਰਕੀਟ ਨੂੰ ਵਾਚ ਕਰ ਰਿਹਾ, ਪੂਰੇ ਇੰਡੀਆ ਨੂੰ ਵਾਚ ਕਰ ਰਿਹਾ ਕਿ ਕਿਹੜੇ ਕਿਹੜੇ ਕੋਰਸ, ਕਿਹੜੇ ਕਿਹੜੇ ਸਟ੍ਰੀਮ ਜਿਹੜੇ ਆ ਅਵੇਲੇਬਲ, ਕਿਹੜੇ ਕਿਹੜੇ ਸਟੇਟ ਦੇ ਵਿੱਚ ਆ। ਅੱਛਾ। ਔਰ ਉੱਥੇ ਕੀ ਉਹਦਾ ਫਾਇਦਾ ਹੋ ਸਕਦਾ, ਨਾ ਕਿ ਇੱਕ ਪਰਟੀਕੁਲਰ ਕਰਨਾਟਕਾ 'ਚ ਕੋਈ ਚੀਜ਼ ਦੀ ਜ਼ਰੂਰਤ ਹੋ ਸਕਦਾ, ਉਹ ਪੰਜਾਬ 'ਚ ਨਾ ਹੋਏ, ਜਿਹੜੀ ਪੰਜਾਬ 'ਚ ਜ਼ਰੂਰਤ ਹੋ ਸਕਦਾ ਉਹ ਹਰਿਆਣੇ 'ਚ ਨਾ ਹੋਏ। ਉਹ ਸਾਰਾ ਵਾਚ ਕਰ ਰਹੇ ਨੇ, ਉਸ ਹਿਸਾਬ ਨਾਲ ਹੀ ਸਾਰੇ ਪ੍ਰੋਗਰਾਮ ਬਣਾਉਂਦੇ ਆ। ਦੇਖੋ, 65 ਦੇ ਕਰੀਬ ਪ੍ਰੋਗਰਾਮ ਨੇ ਜਿਹੜੇ ਸਾਡੇ ਕੋਲ ਐਜ਼ ਔਨ ਡੇਟ ਹੈ, ਉਹਦੇ ਵਿੱਚ ਟੂਰਿਸਟ ਗਾਈਡ ਤੱਕ ਦਾ ਪ੍ਰੋਗਰਾਮ ਵੀ ਸਾਡੇ ਕੋਲ ਹੈਗਾ। ਪਰ ਉਹ ਸ਼ਾਇਦ ਜਲੰਧਰ 'ਚ ਨਾ ਹੋਵੇ। ਨਹੀਂ ਹੈਗਾ ਜਲੰਧਰ, ਹਾਂ, ਕਿਉਂਕਿ ਉਹ ਕਰਨਾਟਕਾ, ਰਾਜਸਥਾਨ, ਕੁਛ ਇੱਦਾਂ ਦੀਆਂ ਸਟੇਟਸ। ਅਗਰ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਪੂਰੀ ਜਾਣਕਾਰੀ ਚਾਹੁੰਦੇ ਹੋਣ ਤਾਂ ਕੋਈ ਵੈਬਸਾਈਟ ਜਾਂ ਕੋਈ ਫੋਨ ਨੰਬਰ ਕੁਛ ਇਹੋ ਜਿਹਾ? ਬਿਲਕੁਲ ਬਿਲਕੁਲ, ਤੁਸੀਂ rootsetjalandhar@yahoo.com ਦੇ ਵਿੱਚ ਜਾਓ, ਤੁਹਾਨੂੰ ਸਭ ਕੁਛ ਅਵੇਲੇਬਲ ਆ। ਈਵਨ ਤੁਸੀਂ rootset ਦਾ ਨਾਂ ਹੀ ਪਾਓਗੇ, ਪੂਰੇ ਸਾਰੇ ਇੰਸਟੀਟਿਊਟ ਫਲੈਸ਼ ਹੋਣਗੇ ਉੱਥੇ। ਤੁਸੀਂ ਜਿਹਨੂੰ ਖੋਲਣਾ ਉਹਨੂੰ ਖੋਲ ਕੇ ਦੇਖ ਲਓ ਉੱਥੇ ਕੀ ਹੋ ਰਿਹਾ। ਯਾਨੀ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਜਾ ਕੇ ਕੋਈ ਐਡਮਿਸ਼ਨ ਲੈ ਸਕਦਾ ਹੈ ਔਰ ਉਹਦਾ ਖਾਣਾ ਪੀਣਾ ਸਭ ਕੁਛ ਫ੍ਰੀ? ਬਿਲਕੁਲ, ਟੋਟਲੀ ਫ੍ਰੀ ਹੈ, ਟੋਟਲੀ ਫ੍ਰੀ ਹੈ। ਔਰ ਈਵਨ ਜਿੱਦਾਂ ਮੈਂ ਦੱਸਿਆ ਕਿ ਹੁਣ ਮੈਂ ਡਿਫਰੈਂਟ ਪਾਰਟ ਦੇ 60 ਬੱਚੇ ਮੇਰੇ ਕੋਲ ਬੋਆਇਜ਼ ਜਿਹੜੇ ਮੋਬਾਈਲ ਰਿਪੇਅਰ ਅਤੇ ਰੈਫਰੀਸ਼ਨ ਦਾ ਸਿੱਖ ਰਹੇ ਨੇ, ਉਹ ਪੰਜਾਬ ਦੇ ਡਿਫਰੈਂਟ ਪਾਰਟਸ ਤੋਂ ਨੇ। ਉਹ 20 ਕੁ ਬੱਚੇ ਜਿਹੜੇ ਸਾਡੇ ਹੋਸਟਲ 'ਚ ਵੀ ਰਹਿ ਰਹੇ, ਉਹਦਾ ਬ੍ਰੇਕਫਾਸਟ, ਡਿਨਰ, ਸਾਰਾ ਕੁਛ, ਔਰ ਸਵੇਰੇ ਯੋਗਾ ਜੀ, ਇਹ ਸਾਰਾ ਕੁਛ ਅਸੀਂ ਕਰਵਾਉਂਦੇ ਹਾਂ। ਇੱਕ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਇੱਕ ਮੈਂ ਲਾਈਨ ਬੋਲਣਾ ਚਾਹੁੰਦਾ, ਉਹ ਨੌਜਵਾਨ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਸੁੱਤੇ ਪਏ ਹੋਣੇ, ਕਈ ਪ੍ਰੋਗਰਾਮ ਨਹੀਂ ਦੇਖਦੇ ਜੀ, ਸੁਬਹ ਕੀ ਨੀਂਦ ਇਨਸਾਨ ਕੇ ਇਰਾਦੋਂ ਕੋ ਕਮਜ਼ੋਰ ਕਰਤੀ ਹੈ। ਸੁਬਹ ਕੀ ਨੀਂਦ ਇਨਸਾਨ ਕੇ ਇਰਾਦੋਂ ਕੋ ਕਮਜ਼ੋਰ ਕਰਤੀ ਹੈ, ਦੇਰ ਤੱਕ ਸੋਨੇ ਵਾਲੇ ਜ਼ਿੰਦਗੀ ਮੇਂ ਕਭੀ ਆਗੇ ਨਹੀਂ ਬੜ ਸਕਤੇ, ਵੋ ਆਗੇ ਬੜਤੇ ਹੈ ਜੋ ਸੂਰਜ ਕੋ ਜਗਾਤੇ ਹੈ ਔਰ ਵੋ ਪੀਛੇ ਰਹਿ ਜਾਤੇ ਹੈ ਜਿਨਕੋ ਸੂਰਜ ਜਗਾਤਾ ਹੈ। ਲਓ ਜੀ, ਕੋਈ ਜਾਗੇ ਨੇ ਤੇ ਕੋਈ ਸਾਡੇ ਕੋਲ ਪਹੁੰਚੇ ਨੇ ਜੀ, ਆਓ ਦੇਖਦੇ ਹਾਂ। ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ। ਹਰਭਜਨ ਸਿੰਘ ਜੀ, ਸਵਾਗਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣੇ ਲੜਕੇ ਨੇ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਦੀ ਡਿਗਰੀ ਕੀਤੀ ਹੋਈ ਹੈ ਜੀ। ਅੱਛਾ ਜੀ। ਬੀਕਮ ਕੀਤੀ ਹੋਈ ਹੈ। ਹਾਂਜੀ, ਕੋਈ ਕੰਮ ਨਹੀਂ ਮਿਲ ਰਿਹਾ। ਕੰਮ ਨਹੀਂ ਮਿਲਿਆ ਵੀਰ ਜੀ? ਹਾਂਜੀ, ਕੋਈ ਕੰਮ ਹੀ ਨਹੀਂ ਹੈ ਇਸ ਚੀਜ਼ ਦਾ। ਮੈਨੂੰ ਲੱਗਦਾ ਕਿ ਕੰਮ ਬਹੁਤ ਹੈ, ਉਹਨੂੰ ਥੋੜ੍ਹਾ ਜਿਹਾ ਮਾਰਕੀਟ ਸਰਵੇ ਜ਼ਰੂਰ ਕਰਨਾ ਪਏਗਾ। ਮਾਰਕੀਟ ਸਰਵੇ ਵੀ ਸਾਡੇ ਇੰਸਟੀਚਿਊਟ ਦਾ ਇੱਕ ਪਾਰਟ ਆ, ਤੁਸੀਂ ਇੱਕ ਦਿਨ ਪੂਰੇ
ਹੋ ਸਕੇ ਤੇ ਮੇਰੇ ਮੈਂ ਉਹਨਾਂ ਨਾਲ ਗੱਲ ਕਰਨਾ ਚਾਹਾਂਗਾ, ਬੱਚੇ ਨਾਲ ਮੇਰੀ ਗੱਲ ਕਰਾਈਓ। ਪਰ ਉਹ ਬੱਚੇ ਨੂੰ ਥੋੜ੍ਹਾ, ਜਿਹੜਾ ਬੱਚਾ ਇੰਨੀ ਡਿਗਰੀ ਹਾਸਿਲ ਕਰ ਚੁੱਕਾ, ਮੈਨੂੰ ਲੱਗਦਾ ਕਿ ਉਹਦੇ ਵਿੱਚ ਬਹੁਤ ਕੁਛ ਹੈ, ਕੁਆਲਿਟੀਜ਼ ਹੈਗੀਆਂ ਉਹਦੇ ਅੰਦਰ, ਪਰ ਉਹ ਆਪਾਂ ਲੱਭ ਨਹੀਂ ਪਾ ਰਹੇ। ਉਹਨਾਂ ਨੂੰ ਇੱਕ ਵਾਰੀ ਮਾਰਕੀਟ ਸਰਵੇ ਲਈ ਭੇਜੋ, ਹੋ ਸਕਦਾ ਤੁਹਾਡੇ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਏਰੀਏ 'ਚ ਉਹਦਾ ਕੰਮ ਨਾ ਹੋਏ, ਪਰ ਸਰਾਊਂਡਿੰਗ ਏਰੀਏ 'ਚ, ਆਸ ਪਾਸ ਦੇ ਏਰੀਏ 'ਚ ਉਹਦਾ ਜ਼ਰੂਰ ਕੋਈ ਕੰਮ ਹੋਏਗਾ। ਇੱਦਾਂ ਦੀ ਗੱਲ ਨਹੀਂ ਹੈ ਕਿ ਸਕੋਪ ਨਹੀਂ। ਇਲੈਕਟ੍ਰਿਕ ਹੈ ਤਾਂ ਬਹੁਤ ਜ਼ਬਰਦਸਤ ਕੋਰਸ ਹੈਗਾ, ਡਿਗਰੀ ਹੈ। ਤੁਸੀਂ ਈਵਨ ਆਮ ਨੋਰਮਲ ਇਲੈਕਟ੍ਰੀਕਲ ਵੀ ਤੁਹਾਡੇ ਘਰ ਆ ਜਾਂਦਾ ਹੈ, ਤੇ 300 ਰੁਪਏ ਤੋਂ ਘੱਟ ਲੈਂਦਾ ਨਹੀਂ, ਚਾਹੇ ਉਹਨੇ ਇੱਕ ਸਵਿਚ ਨੂੰ ਇੱਧਰ ਉੱਧਰ ਟ੍ਰਾਂਸਫਰ ਹੀ ਕਰਨਾ ਹੋਇਆ। ਬਿਲਕੁਲ ਸਹੀ। ਤੇ ਮੈਨੂੰ ਲੱਗਦਾ ਕਿ ਥੋੜ੍ਹਾ ਉਹਨੂੰ ਮਾਰਕੀਟ ਸਰਵੇ 'ਤੇ ਫੋਕਸ ਕਰੋ, ਔਰ ਥੋੜ੍ਹਾ ਥੋੜ੍ਹਾ ਉਹਦੀਆਂ ਜਿਹੜੀਆਂ ਗਤੀਵਿਧੀਆਂ ਉਹਨੂੰ ਸਵੇਰੇ ਉੱਠਣ ਦੀ ਆਦਤ ਪਾਓ ਜੀ, ਔਰ ਗਰਾਊਂਡ 'ਚ ਜਾ ਕੇ ਅਗਰ ਦੌੜ ਦੌੜ ਲਾਣਗੇ ਤਾਂ ਮੈਨੂੰ ਲੱਗਦਾ ਕਿ ਅੱਧੀਆਂ ਪ੍ਰੋਬਲਮਸ ਉਹਦੀਆਂ ਦੀ ਉੱਥੇ ਹੀ ਸੋਲਵ ਹੋ ਜਾਣੀਆਂ ਹੈ ਨਾ। ਨੈਗੇਟਿਵਿਟੀ ਜਿਹੜੀ ਅੰਦਰ ਪੈੜੀ ਹੈ ਉਹਨਾਂ ਦੀ ਉਹ ਖਤਮ ਹੋ ਜਾਏਗੀ, ਪੋਜ਼ਿਟਿਵਿਟੀ ਅੰਦਰ ਆਏਗੀ। ਔਰ ਮੈਂ ਇੱਕ ਬੜੀ ਵਧੀਆ ਐਗਜ਼ਾਮਪਲ ਦੇਣਾ, ਤੁਸੀਂ ਮੇਰੇ ਇੱਕ ਫੈਕਲਟੀ ਨੇ ਜਿਹੜੇ ਕਿ ਜਦੋਂ ਮੈਂ ਆਇਆ ਡਿਪਰੈਸ਼ਨ 'ਚ ਸੀਗੇ, ਮੈਂ ਉਹਨੂੰ ਪੁੱਛਿਆ ਤੇਰੀ ਦਿਨ ਚਰਿਆ ਕੀ ਹੈ, ਕਹਿੰਦੇ 7:30 ਵਜੇ ਉੱਠੀ ਦਾ। ਮੈਂ ਕਿਹਾ ਇੱਥੇ ਪ੍ਰੋਬਲਮ ਹੈ, 5:30 ਉੱਠਿਆ ਕਰ। ਉਹਦੇ 12 ਪ੍ਰੋਬਲਮ ਸੀ ਨੀਤੂ ਜੀ, ਹੈਲਥ ਦੀਆਂ 12 ਪ੍ਰੋਬਲਮ ਸੀ ਹੈਲਥ ਦੀਆਂ। ਮੈਂ ਉਹਨੂੰ 5:30 ਉਠਾਉਣਾ ਸ਼ੁਰੂ ਕੀਤਾ। ਅੱਜ ਦੀ ਡੇਟ ਦੇ ਵਿੱਚ ਉਹ ਲੜਕਾ 5-7 ਕਿਲੋਮੀਟਰ ਰੋਜ਼ ਰਨਿੰਗ ਕਰਦਾ, 12 ਵਿੱਚੋਂ ਇੱਕੋ ਹੀ ਪ੍ਰੋਬਲਮ ਹੈ ਉਹਨੂੰ ਪੱਥਰੀ ਦੀ, ਬਾਕੀ 11 ਪ੍ਰੋਬਲਮ ਉਹਦੀ ਸੋਲਵ ਹੋ। ਬਿਲਕੁਲ ਜੀ। ਪਹਿਲਾਂ ਸਾਡੇ ਆਪਣੇ, ਅਸੀਂ ਕੀ ਹਾਂ, ਸਾਨੂੰ ਆਪਣੇ ਆਪ ਨਾਲ ਪਿਆਰ ਕਰਨਾ ਤਾਂ ਸਿੱਖੋ, ਬਾਕੀ ਗੱਲਾਂ ਤਾਂ ਬਾਅਦ 'ਚ। ਔਰ ਇੱਕ ਨਹੀਂ, ਤੁਹਾਡੇ ਕੋਲ ਕਿੰਨੀਆਂ ਹੋਰ ਉਦਾਹਰਨਾਂ ਵੀ ਹੋਣਗੀਆਂ। ਬਹੁਤ ਬਹੁਤ। ਇੱਕ ਲੜਕੀ ਮੈਨੂੰ ਕਹਿੰਦੀ ਹੈ ਕਿ ਮੈਂ ਇੱਕ ਆਰਮੀ ਅਫਸਰ ਦੀ ਕੁੜੀ ਹੈ ਔਰ ਚੰਡੀਗੜ੍ਹ ਤੋਂ ਪੜ੍ਹੀ ਹੋਈ ਹੈ, ਉਹ ਕਹਿ ਰਹੀ ਹੈ ਮੈਨੂੰ ਕਿ ਸਰ ਸੁਣਿਆ ਕਿ ਰੂਟ ਸਾਈਡ ਸਾਨੂੰ ਬਚਾ ਲੈਂਦਾ, ਮੈਂ 3 ਅਟੈਂਪਟ ਕਰ ਚੁੱਕੀ ਹਾਂ ਸੁਸਾਈਡ ਦੀ, ਦੇਖਦੇ ਹਾਂ ਮੈਂ ਤੁਸੀਂ ਮੈਨੂੰ ਕਿੱਦਾਂ ਬਚਾਓਗੇ ਜੀ। ਤਾਂ ਮੈਂ ਇਹਨੂੰ ਚੈਲੇਂਜ ਦੇ ਰੂਪ 'ਚ ਲਿਆ। ਪਹਿਲੇ 5-7 ਦਿਨ ਤਾਂ ਉਹਨੇ ਪ੍ਰੋਬਲਮ ਕੀਤੀ, ਪਰ ਲਾਸਟ ਜੋ ਕੁੜੀ ਚਾਹੀਏ, ਅੱਜ ਕੱਲ੍ਹ 35 ਇੱਕ ਇੰਸਟੀਟਿਊਟ ਹੈ, 35 ਦੇ ਉੱਤੇ ਉਹ ਮੈਨੇਜਰ ਬਣ ਕੇ ਕੰਮ ਕਰ ਰਿਹਾ। ਵਾਹ ਜੀ ਵਾਹ, ਬਹੁਤ ਖੂਬ ਹੈ। ਇਸੇ ਨੂੰ ਕਹਿੰਦੇ ਨੇ ਨਾ, ਇਰਾਦੇ ਨੇਕ ਹੋਣ ਤੋਂ ਸੁਪਨੇ ਵੀ ਸਾਕਾਰ ਹੋਤੇ ਹੈ। ਬਿਲਕੁਲ ਜੀ, ਅਗਰ ਮੰਜ਼ਿਲ ਸਾਫ਼ ਹੋ ਤੋ ਰਾਸਤੇ ਆਸਾ ਹੋਤੇ ਹੈ, ਤੁਸੀਂ ਇਹਨੇ ਥੋੜ੍ਹੇ ਸਮੇਂ 'ਚ ਕਿਆ ਸਾਡੇ ਨਾਲ ਇੰਨੀ ਸਾਂਝ ਪਾਈ। ਅਸੀਂ ਸਾਰੇ ਦੂਰਦਰਸ਼ਨ ਪੂਰੇ ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਡੀਡੀ ਪੰਜਾਬੀ।